ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਵੀ ਮੌਸਮ ਧੁੰਦ ਜੇ ਵਾਂਗੇ ਹੋਇਆ ਹੋਇਆ, ਧੁੱਪ ਨਹੀਂ ਚੜ੍ਹੇਗੀ, ਹਵਾ ਚੱਲਦੀ ਠੰਡੀ ਠੰਡੀ। ਅਤੇ ਅੱਜ ਸਲਾਹ ਕਰਦੇ ਹਾਂ ਵੀ ਜੈਕ ਲਾ ਦਈਏ ਟਾਇਰ ਚੱਕ ਦੇ ਮਸ਼ੀਨ ਦੇ ਉੱਪਰ, ਥੋੜ੍ਹਾ ਟਾਇਰਾਂ ਪਰ ਵਜਨ ਨਹੀਂ ਖਾਲੀ ਕਰਦੇ, ਫਰੀ ਕਰ ਦਈਏ ਟਾਇਰ ਜੈਕ ਲਾ ਕੇ, ਅਤੇ ਤਰਪਾਲ ਪਾ ਦਈਏ ਇਹਨੂੰ। ਆਉਂਦੇ ਹੀ ਫਿਰ ਇਹਨੂੰ ਤਰਪਾਲ ਲਾਉਂਦੇ ਹਾਂ ਜੈਕ। ਇਹਦੇ ਨਾਲ ਇੱਦਾਂ ਨਾ ਵੀ ਟਾਇਰਾਂ ਪਰ ਥੋੜ੍ਹਾ ਵਜਨ ਜ਼ਿਆਦਾ, ਜਿਵੇਂ ਇੱਕ ਜਗ੍ਹਾ ਖੜ ਕੇ ਫਿਰ ਦਾਬ ਜੀ ਆ ਜਾਂਦੇ ਆ ਟਾਇਰ, ਉਵੇਂ ਟੱਪਾ ਜਾ ਨਹੀਂ ਮਾਰਦਾ, ਨਾਲੇ ਟਾਇਰਾਂ 'ਤੇ ਵਜਨ ਨਹੀਂ ਰਹਿੰਦਾ, ਫਰੀ ਜੇ ਹੋ ਜਾਂਦੇ ਆ ਟਾਇਰ। ਨਹੀਂ ਤਾਂ ਜੇ ਇੱਕ ਹੀ ਜਗ੍ਹਾ ਵਜਨ ਖੜਿਆ ਰਹੇ ਤਾਂ ਦੱਬ ਜੇਗੇ, ਜਾਂ ਕੰਬਾਈਨ ਚੱਲਦੀ ਆ ਫਿਰ ਟੱਪਾ ਜਿਹਾ ਮਾਰਨ ਲੱਗ ਜਾਂਦੀ ਆ, ਅਤੇ ਨਾਲੇ ਸਾਰਾ ਟਾਇਰਾਂ ਦੇ ਟਾਇਰ ਵੀ ਠੀਕ ਰਹਿੰਦੇ ਆ, ਨਾਲੇ ਵਜਨ ਸਾਰਾ ਗੁੱਟੀਆਂ ਪਰ ਆ ਜੂਗਾ। ਚਲੋ ਕਰਦੇ ਹਾਂ ਜੀ ਫਿਰ ਫਿਟਿੰਗ ਨੂੰ, ਲਾਉਂਦੇ ਹਾਂ ਜੈਕ। ਮਿਲੋ ਜੀ ਮਲਕੀਤ ਸਿੰਘ ਬਾਈ। ਸਤਿ ਸ਼੍ਰੀ ਅਕਾਲ ਜੀ। ਗਿੰਦੂ ਗੁਰਿੰਦਰ ਸਿੰਘ ਗਿੰਦਾ, ਉਹ ਗਿੰਦਾ ਪੁੱਤ ਆ ਜਾ ਉਰੇ, ਬਾਊ ਕਿਤੇ, ਬਾਊ ਕੋਲ, ਰੂਬੀ ਕੋਲ ਜਾ, ਜਾ ਰੂਬੀ ਕੋਲ, ਚੱਲ ਤੁਰ ਕੇ ਦਹਾ, ਦਹਾ ਤੁਰ ਕੇ, ਅੱਛਾ ਫੜ ਲੈ ਬਾਊ ਨੂੰ, ਰੂਬੀ ਕਹਿੰਦੇ, ਰੂਬੀ ਰੂਬੀ ਆਵਾਜ਼ ਮਾਰਦੇ ਰੂਬੀ ਨੂੰ, ਕਹਿ ਰੂਬੀ, ਕਹਿ ਰੂਬੀ, ਗਿੰਦੇ ਰੂਬੀ ਕਹਿੰਦੇ, ਬਾਊ ਨੀ ਰੂਬੀ, ਗਿੰਦੇ ਕਹਿ ਰੂਬੀ, ਕਿੱਥੇ ਰੂਬੀ, ਕਿੱਥੇ ਰੂਬੀ, ਬੈਂ ਕਿੱਥੇ, ਬੈਂ ਬੈਂ ਰੂਬੀ, ਬੈਂ ਕਿੱਥੇ ਹੈ, ਕਿੱਥੇ ਹੈ, ਬੈਂ ਕਰਦੇ, ਬੈਂ ਕਰਦੇ, ਕਰਦੇ ਬੈਂ, ਹੈਂ ਬਾਊ, ਬਾਬਾ ਕਿੱਥੇ ਹੈ, ਕਿੱਥੇ, ਦਾਦੂ ਹੈ, ਉਹ ਸਤਨਾਮ ਵਾਹਿਗੁਰੂ, ਦਾਦੂ ਕਿੱਥੇ, ਦਾਦੂ, ਦਾਦੂ ਉਹਦੇ ਰੂਬੀ, ਉਹਦੇ ਰੂਬੀ, ਕਿਆ ਕਰਦਾ, ਕਿਆ ਕਰਦੀ ਹੈ ਰੂਬੀ, ਕਹਿੰਦੇ ਕਿਆ ਕਰਦੀ ਹੈ ਰੂਬੀ, ਕਰਦੇ ਰੂਬੀ, ਰੂਬੀ ਆਓ, ਕਿਆ ਕਹਿੰਦਾ ਏ ਰੂਬ, ਰੂਬੀ ਓਏ, ਹਾਂ ਕਿਆ ਹੋ ਗਿਆ, ਕਿਆ ਹੋ ਗਿਆ, ਕਿਆ ਹੋ ਗਿਆ, ਕਿੰਨਾ ਚੱਕਣ ਦੇਖੀ ਹੁੰਦਾ ਟਾਇਰ ਚੱਕ ਕੇ, ਹੁਣ ਦਬਿਆ ਹੋਇਆ ਨਾ ਬਾਹਰ ਦੇ ਟਾਇਰ ਦੇਖੀ ਜਾਂ ਜਾ ਕੇ, ਹੁਣ ਬਾਹਰ 'ਤੇ ਦਿਖਾ ਦੇ ਜਾ, ਬਾਅਦ 'ਚ ਹਾਲੇ ਲਾ,
चेक हो गए फ्री हो गया। परला भी चेक था पिछले भी ऊपर का तो चेक दे होंगे यार तो टायरा में वजन रहता फिर दाब देना टायर टप्पा मारना रहता खड़े या खड़े रहने में नहीं एक के जगह आठ भाई भाई ठीक है काम है चेक हो गए टायर फ्री हो गए मशीन दे वहाँ ना जा बजन रहेंगे टायर पर फिर क्या होंगे भाई फिर क्या होंगे ये टायर में बजन रहे क्या बजन रहे ये टायर पर लाई टूटी जाने एक जगह खड़ी थी एक जगह वही टप्पा यहाँ मारने लगा हाँ। मैं ताई वो कर दे उन तरपाल भी पा दी अपन लोट आ गए उन करते लाते जी पीछे पीछे लाते गाडर अगे लकड़ बनाए हुए हैं चेक हो गए हूँ पाँदे तरपाल मैं बापू ने चले गए कल बापू ने गए दिल्ली कहता जी नहीं करता अपने कहते ला के आऊंगे चार पाँच दिन तू कह दे तू लाया गया स्प्रे असी कर देनी तेरी ना ना मैं क्या है मैं तू लाया स्प्रे तो असी देखते हैं नहीं तो फिर करा दूंगा इन्होंने कहना मैं आ जाना दो चार दिन तक तू लाया हूँ दो चार दिन लाने उन्होंने ट्राली के नाले आऊंगे ट्राली गई हूँ ट्राली के बच्चे आना उन्होंने ठीक है हम दो दिन ला चार दिन ला है कि नहीं ठीक है मैं जाए जाना भी चाहिए हूँ यार कोर्ट से चले गया पता नहीं हूँ क्या बनूंगा ठीक है बनूंगा देखते हैं हम ठीक है होगा भाई आ पा दिए फिर आदर पाल पौनी है पा फटी हुई है पौनी है ना फटी हुई है ना पहला वो पा देनी तो ऊपर दूई पाऊंगे इधर ना जड़े कितने खुंगी है कितने और जमे आप पटने दे हा आ देख जा मैं इधर पर आ दूई से पाल पाड़ देनी ना फिर बच बच जी रहूंगी पाल नहीं पटूंगी ना मैं इधर दूजी पाऊंगी अच्छा जड़ी ये ऊपर पानी है हां पहले ठीक है खांगे एक बार आहा पा दे अगर कोई नाटा है कुछ और है तब वो भी पटने के बाद ठीक है तो ओए कर दे रस्सियां बांधनी है बड़ी
ਕਦ ਲਈ ਪਾਉਣਾ ਉੜਨੇ ਦੇ ਬਸ ਹਵਾ ਹਵਾ ਅੱਛੀ ਇਹਦਾ ਆਪੇ ਸੈੱਟ ਆਏ ਨਹੀਂ ਜਿੱਦਾਂ ਮਾਰਦੀ ਕਰ ਲੈ ਪਿੰਨਿਆ ਖਾ ਲਾ ਬਾਈ ਹੈ ਪਿੰਨਿਆ ਖਾ ਲਾ ਪਿੰਨਿਆ ਨਹੀਂ ਖਾਣੀ ਦੇਖ ਲਓ ਬਾਈ ਪਿੰਨਿਆ ਨਹੀਂ ਖਾਂਦਾ ਖੋਏ ਦੀਆਂ ਹਰ ਜਦ ਮੁੱਖਾ ਖਰਾਬ ਕਰਦਾ ਹੈ ਹਾਂ ਮੈਨੂੰ ਪਤਾ ਤਾਂ ਕਿਆ ਖਾਣਾ ਕਿਆ ਕਰਦਾ ਹੁਣ ਤਾਂ ਪਕੌੜਿਆਂ ਨੂੰ ਹਿੱਲ ਗਿਆ ਪਕੌੜੇ ਖਾਣੇ ਹਿੱਲ ਗਿਆ ਤੂੰ ਤੇ ਠੀਕ ਹੈ ਨਮਕੀਨ ਚੀਜ਼ ਸੀਗਾ ਮਿੱਠਾ ਖਰਾਬ ਕਰਦਾ ਮਿੱਠਾ ਖਰਾਬ ਕਰਦਾ ਹੁਣ ਤਾਂ ਖੋਆ ਖੋਆ ਹੀ ਖਾ ਤੂੰ ਖਾ ਮੇਰੇ ਨਾਲ ਖੋ ਜਾਲ ਪੈ ਗਿਆ ਇੱਕ ਗੱਲ ਹੈ ਗਾਲੀ ਆਪਣੀ ਜਿਹੜੀ ਸਪਰੇ ਕਰੀ ਸਹੀ ਧੁੱਪ ਥੋੜ੍ਹੀ ਨਿਕਲਦੀ ਹੈ ਨਾ ਵਧੀਆ ਹੈ ਮੀਂਹ ਦੱਸਿਆ 25 ਤਰੀਕ ਨੂੰ ਹੈ ਹੈਗਾ ਪੈਂਦੇ ਦਾ ਆਇਆ ਦੇਖਾ ਤਾਂ ਜੇ ਹੋਇਆ ਤਾਂ ਵਧੀਆ ਜੇ ਹੋ ਜੂਗਾ ਫਿਰ ਤਾਂ ਠੀਕ ਹੈ ਨਹੀਂ ਪਾਣੀ ਛੱਡਣਾ ਪੈਣਾ ਬਾਈ ਹੋਰ ਤਾਂ ਚੱਲ ਕੁਛ ਨਹੀਂ ਯਾਰ ਧਰਨੇ ਪਿਆ ਆਪਣਾ ਨੁਕਸਾਨ ਬਹੁਤ ਹੋ ਰਿਹਾ ਕੱਲ ਪਰਸੋਂ ਫਿਰ ਐਕਸੀਡੈਂਟ ਹੋਇਆ 4 ਮਰੇ ਆ ਕੱਲ ਦਾ ਹੋ ਰਿਹਾ ਇਹ ਗਲਤ ਆ ਯਾਰ ਹੈ ਨਾ ਹੋਰ ਥੋੜ੍ਹਾ ਜਿਹਾ ਨਾ ਆਪ ਵੀ ਬਾਈ ਦੇਖ ਕੇ ਜਾਣਾ ਚਾਹੀਦਾ ਧਿਆਨ ਨਾਲ ਜਾਓ ਹੱਲੜਬਾਜ਼ੀ ਨਾ ਕਰੇ ਹੱਲੜਬਾਜ਼ੀ ਨਾ ਰਾਮ ਤੇ ਜਾਓ ਡਾਲੇ ਪਰ ਨਾ ਬੈਠੋ ਮੁੰਡਾ ਕੱਲਾ ਕੱਲਾ ਮੁੰਡਾ ਦਾ ਕਰ ਸ਼ੰਕਰ ਦਾ ਅਖਬਾਰ ਡਾਲੇ ਪਰ ਬੈਠ ਡਾਲਾ ਖੋਲਣਾ ਨਹੀਂ ਚਾਹੀਦਾ ਕਰ ਸ਼ੰਕਰ ਦਾ ਮੁੰਡਾ ਕੱਲਾ ਕੱਲਾ ਮੁੰਡਾ ਹੱਲੜਬਾਜ਼ੀ ਪਤਾ ਨਹੀਂ ਕਿੱਥੇ ਸੰਗਲ ਨਿਕਲ ਨੀਂਦ ਆ ਗਈ ਪਿੱਛੇ ਗਿਰ ਗਿਆ ਉਹ ਗਲਤ ਗੱਲ ਹੈ ਪਿੱਛੇ ਪਤਾ ਨਹੀਂ ਹੋ ਟਰੈਕਟਰ ਆ ਰਿਹਾ ਪਤਾ ਨਹੀਂ ਉਹ ਲੰਘ ਗਿਆ ਪਤਾ ਨਹੀਂ ਗੱਡੀ ਲੰਘ ਗਈ ਵਿਚਾਰਾ ਮਰ ਗਿਆ 16 ਸਾਲ ਦਾ ਮੁੰਡਾ ਬਾਈ ਅੱਕਣਾ ਵੀਰੇ ਡਾਲੇ ਪਰ ਵੀ ਘੱਟ ਬੈਠੋ ਡਾਲੇ ਪਰ ਨਾ ਬੈਠੋ ਟਰਾਲੀ ਦੇ ਠੀਕ ਹੈ ਅੰਦਰ ਬੈਠੋ ਅੰਦਰ ਬੈਠੋ ਆਰਾਮ ਤੇ ਜਾਓ ਘੱਟ ਚਲੇ ਜਾਓ ਫਿਰ ਹੈ ਕਿ ਨਹੀਂ ਪਰ ਹੌਲੀ ਹੌਲੀ ਜਾਓ ਹੁਣ ਕੱਲ੍ਹ ਬਾਪੂ ਨੇ ਗਏ ਆ ਜਸ਼ਨ ਨਹੀਂ 11-12 ਘੰਟਿਆਂ 'ਚ ਪਹੁੰਚੇ ਆਰਾਮ ਤੇ ਗਏ ਆ ਅਸੀਂ ਕਹਿੰਦੇ ਵੀ ਜਾਣਾ ਤਾਂ ਆਰਾਮ ਤੇ ਜਾਇਓ ਨਹੀਂ ਤਾਂ ਆਪਣਾ ਗੱਡੀ 'ਚ ਜਾਓ ਕਿਸੇ 'ਚ ਚਲੋ ਉਹ ਤਾਂ ਕੁਦਰਤੀ ਗੱਲ ਆ ਜਿਹੜੀ ਜੋ ਲਿਖੀ ਹੁੰਦੀ ਆ ਪਰ ਫਿਰ ਆਪਣੀ ਵੀ ਸੇਫਟੀ ਜ਼ਰੂਰੀ ਹੈ ਡਾਲਾ ਖੋਲ੍ਹਣਾ ਨਹੀਂ ਚਾਹੀਦਾ ਯਾਰ ਹਾਂ ਥੱਲਾ ਖੋਲ ਕੇ ਨਹੀਂ ਡਾਲਾ ਆਪਣਾ ਵਿੱਚ ਬੈਠੋ 100 ਸੇਫਟੀ ਹੈ ਜੀ ਲਓ ਜੀ ਢੱਕ ਹੋ ਗਈ ਇੱਥੇ ਥੋੜ੍ਹੀ ਜਿਹੀ ਨਾ ਉਸ ਪੈਂਦੀ ਸੀ ਜਿਵੇਂ ਧੁੰਦ ਹੁੰਦੀ ਸੀ ਧੁੰਦ ਅੰਦਰ ਉਸ ਕਰਕੇ ਤਰਪਾਲ ਪਾਤੀ ਮੈਂ ਕਿਹਾ ਹੁਣ ਅੰਦਰ ਫਰੀ ਖੜੀ ਆ ਟਾਇਰ ਵੀ ਚੈੱਕ ਹੋ ਗਏ ਮਸ਼ੀਨ ਦਾ ਕੰਮ ਐਨ ਓਕੇ ਹੋ ਗਿਆ ਆਹ ਜਾਲ ਪੈ ਗਿਆ ਇਹਦੇ ਪਰ ਤਰਪਾਲ ਪਾ ਕੇ ਆ ਜਾਲ ਪੈ ਗਿਆ ਆਹ ਦੇਖੋ ਆਹ ਜਾਲ ਪਿਆ ਹੋਇਆ ਉੜਨੇ ਤੋਂ ਤਰਪਾਲ ਪਿੱਛੇ ਤੋਂ ਵੀ ਬੰਨ ਹੋ ਗਈ ਇਹ ਜੱਸੇ ਬਾਈ ਨੇ ਦਿੱਤਾ ਤਾ ਜੀ ਸਿੰਪਲ ਵਾਲੇ ਨੇ ਉੱਧਰ ਮਿਲ ਕੇ ਗਿਆ ਸੀ ਬਾਈ ਉਹੀ ਕਹਿੰਦਾ ਜੀ ਮੈਂ ਤਾਂ ਕਹਿੰਦਾ ਮੈਂ ਰਹਿਣ ਦਿਓ ਕਹਿੰਦਾ ਨਹੀਂ ਯਾਰ ਤਰਪਾਲ ਪਾ ਦੇ ਉਹਦੇ ਕਵੇਂ ਤਾਂ ਮੈਂ ਤਰਪਾਲ ਪਾਈ ਆ ਇੱਧਰ ਹੁਣ ਟਰਾਲੀ ਵੀ ਲਾਤੀ ਹੁਣ ਦੇਖ ਆਈਏ ਜੱਕ ਜੁੱਕ ਇੱਧਰ ਵੀ ਪਾਤੀ ਤਰਪਾਲ ਅਤੇ ਉੱਧਰ ਟਰੈਕਟਰ ਵੀ ਢੱਕਦਾ ਹਾਲੇ ਮੈਂ ਕਿਹਾ ਟਰੈਕਟਰ ਤਾਂ ਕੰਮ ਨਹੀਂ ਹੈਗਾ ਉਹ ਤੇ ਵੀ ਸੁਪਰ ਸੀਟਰ ਵੀ ਇਹਦੇ ਥੱਲੇ ਚਾਦਰ ਪਾ ਕੇ ਟਰੈਕਟਰ 'ਤੇ ਪਹਿਲਾਂ ਫਿਰ ਤਰਪਾਲ ਪਾਤੀ ਪਿੱਛੇ ਸੁਪਰ ਸੀਟਰ ਨੂੰ ਵੀ ਇਹ ਵੀ ਢੱਕ ਕੇ ਖੜਾਤਿਆ ਕਟਰ ਤਾਂ ਚਲੋ ਸਾਈਡ ਪਰ ਇਹਦੇ ਪਰ ਤਾਂ ਕੋਈ ਇੱਦਾਂ ਨਹੀਂ ਪੈਂਦੀ ਹੈਗੀ ਕਟਰ ਵਾਲੀ ਵੀ ਤਰਪਾਲ ਪਈ ਹੈ ਵੈਸੇ ਤਾਂ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਮੇਰੇ ਇੱਥੇ ਤੱਕ ਸੀ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਅਤੇ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਦਿਓ ਧੰਨਵਾਦ